ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਗੱਲਬਾਤ ਆਪਾਂ ਨੇ ਅੱਜ ਕਰਨੀ ਹੈ ਸ਼ਹੀਦ ਭਾਈ ਮੋਹਨ ਸਿੰਘ ਸ਼ੇਖੂਪੁਰਾ ਦੇ ਬਾਰੇ। ਸੋ ਇਹਨਾਂ ਨਾਲ ਜੁੜੀਆਂ ਹੋਈਆਂ ਉਹ ਘਟਨਾਵਾਂ ਜਿਹੜੀਆਂ ਕਿ ਬੜੀਆਂ ਹੀ ਅਹਿਮ ਨੇ ਔਰ ਜਾਣਕਾਰੀ ਭਰਪੂਰ ਨੇ, ਉਹ ਦੱਸਾਂਗੇ ਤੁਹਾਨੂੰ। ਸੋ ਉਹਨਾਂ ਨੇ ਕਿੱਦਾਂ ਐਕਸ਼ਨ ਕੀਤੇ ਔਰ ਹੋਰ ਵੀ ਬੜੀ ਦਿਲਚਸਪ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚੋਂ ਮਿਲੇਗੀ। ਸੋ ਵੀਡੀਓ ਨੂੰ ਸਾਰੀ ਨੂੰ ਗੌਰ ਨਾਲ ਸੁਣਨਾ ਅਤੇ ਅੱਗੇ ਜ਼ਰੂਰ ਸ਼ੇਅਰ ਕਰਨਾ। ਸੋ ਦੋਸਤੋ, ਸਟੇਟ ਨਾਲ ਲੜ ਕੇ ਸ਼ਹੀਦ ਹੋਣ ਵਾਲੇ ਸਿੰਘਾਂ ਦੀ ਲਿਸਟ ਬੜੀ ਲੰਮੀ ਹੈ। ਇਹਨਾਂ ਸ਼ਹੀਦਾਂ ਵਿੱਚੋਂ ਹੀ ਇੱਕ ਨਾਮ ਹੈ ਲੁਧਿਆਣੇ ਜ਼ਿਲ੍ਹੇ ਦੇ ਜਗਰਾਓਂ ਤਹਿਸੀਲ ਅਧੀਨ ਪੈਂਦੇ ਪਿੰਡ ਸ਼ੇਖੂਪੁਰਾ ਦੇ ਭਾਈ ਮਨਮੋਹਨ ਸਿੰਘ ਦਾ। ਭਾਈ ਮਨਮੋਹਨ ਸਿੰਘ ਸ਼ੇਖੂਪੁਰਾ, ਸ਼ੇਖੂਪੁਰਾ ਪਿੰਡ ਦੇ ਕਿਸਾਨ ਸਰਦਾਰ ਸਿਕੰਦਰ ਸਿੰਘ ਅਤੇ ਬੀਬੀ ਬਚਨ ਕੌਰ ਦੇ ਤਿੰਨ ਪੁੱਤਰਾਂ ਅਜਮੇਰ ਸਿੰਘ, ਮੋਹਨ ਸਿੰਘ ਅਤੇ ਸ਼ਿੰਗਾਰ ਸਿੰਘ ਦੇ ਵਿੱਚੋਂ ਵਿਚਕਾਰਲਾ ਪੁੱਤਰ ਮੋਹਨ ਸਿੰਘ ਕੌਮ ਦੇ ਲੇਖੇ ਲੱਗਿਆ। ਮੋਹਨ ਸਿੰਘ ਦੇ ਜਨਮ ਦੀ ਪੱਕੀ ਤਰੀਕ ਮਾਪਿਆਂ ਨੂੰ ਪਤਾ ਨਹੀਂ ਸੀ। ਇੰਨਾ ਕੁ ਪਤਾ ਕਿ ਸੰਨ 1965 ਮਹੀਨਾ ਕੱਤਕ ਦਾ ਜਦੋਂ ਉਹਨਾਂ ਦਾ ਜਨਮ ਹੋਇਆ। ਸਰਦਾਰ ਸਿਕੰਦਰ ਸਿੰਘ ਨੇ ਪਹਿਲਾਂ ਫੌਜ 'ਚ ਲੰਮਾ ਸਮਾਂ ਡਿਊਟੀ ਨਿਭਾਈ, ਨਾਗਾਲੈਂਡ ਦੇ ਇਲਾਕਿਆਂ 'ਚ ਲੜਾਈ ਲੜੀ, 1962 ਵਿੱਚ ਚੀਨ ਨਾਲ ਲੜਾਈ 'ਚ ਹਿੱਸਾ ਲਿਆ ਅਤੇ ਪੰਜਾਬ ਤੋਂ ਦੂਰ ਸਿੱਲੀਗੁੜੀ ਗੰਗਟੋਕ 'ਚ ਪਰਿਵਾਰ ਸਮੇਤ ਰਹਿੰਦੇ ਰਹੇ। 1964 ਵਿੱਚ ਫਿਰ ਵਾਪਸ ਇਹ ਪੰਜਾਬ ਆ ਗਏ ਅਤੇ 1965 ਦੇ ਵਿੱਚ ਮੋਹਨ ਸਿੰਘ ਦਾ ਜਨਮ ਹੁੰਦਾ। ਮੋਹਨ ਸਿੰਘ ਨੇ 8ਵੀਂ ਤੱਕ ਪੜ੍ਹਾਈ ਪਿੰਡ ਦੇ ਵਿੱਚੋਂ ਹੀ ਕੀਤੀ ਅਤੇ ਫਿਰ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਹੱਥ ਵਟਾਉਣ ਲੱਗ ਪਿਆ। ਇਹਨਾਂ ਹੀ ਦਿਨਾਂ ਦੇ ਵਿੱਚ 1978 ਦਾ ਖੂਨੀ ਸਾਕਾ ਵਰਤਿਆ ਜਦੋਂ ਨਰਕਧਾਰੀਆਂ ਨੇ ਸ਼੍ਰੀ ਅੰਮ੍ਰਿਤਸਰ ਦੀ ਪਾਵਨ ਧਰਤੀ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਰਾਖੀ ਲਈ ਤੁਰੇ ਸ਼ਾਂਤਮਈ ਸਿੰਘਾਂ ਦੀਆਂ ਹਿੱਕਾਂ 'ਚ ਗੋਲੀਆਂ ਮਾਰੀਆਂ। ਅੰਮ੍ਰਿਤਸਰ ਦੀ ਧਰਤੀ ਸਿੱਖਾਂ ਦੇ ਲਹੂ ਨਾਲ ਰੰਗੀ ਗਈ। ਸਿੱਖ ਸਾਂ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਅਣਖੀਲੇ ਬੋਲਾਂ ਨੇ ਲੋਰੀਆਂ ਦੇ ਕੇ ਸਵਾਈ ਗਈ ਕੌਮ ਨੂੰ ਜਗਾਇਆ ਅਤੇ ਅਣਖੀਲੀ ਸਿੱਖ ਨੌਜਵਾਨੀ ਸੰਤ ਭਿੰਡਰਾਂਵਾਲਿਆਂ ਦੇ ਦੁਆਲੇ ਜੁੜਨ ਲੱਗ ਪਈ। ਸ਼ੇਖੂਪੁਰਾ ਪਿੰਡ ਦੇ ਗੱਭਰੂ ਕੁਲਦੀਪ ਸਿੰਘ ਕੀਪਾ, ਸ਼ਮਿੰਦਰ ਸਿੰਘ ਦੋਧੀ ਅਤੇ ਮੋਹਨ ਸਿੰਘ ਵੀ ਉਹਨਾਂ ਨੌਜਵਾਨਾਂ ਦੇ ਵਿੱਚ ਸਨ। ਸ਼ਮਿੰਦਰ ਸਿੰਘ ਤਾਂ ਪੱਕਾ ਹੀ ਅੰਮ੍ਰਿਤਸਰ ਰਹਿਣ ਲੱਗ ਪਿਆ। ਪਿੰਡ 'ਚੋਂ ਇੱਕ ਵਾਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਸੰਗਤ ਵਿੱਚੋਂ ਕਈਆਂ ਨੇ ਭਾਈ ਸ਼ਮਿੰਦਰ ਸਿੰਘ ਨੂੰ ਉੱਥੇ ਵੇਖਿਆ ਤਾਂ ਪਿੰਡ 'ਚ ਆਮ ਹੀ ਗੱਲਾਂ ਹੋਣ ਲੱਗ ਪਈਆਂ ਕਿ ਸ਼ਮਿੰਦਰ ਸਿੰਘ ਤਾਂ ਦਰਬਾਰ ਸਾਹਿਬ ਹੀ ਰਹਿੰਦਾ, ਕਿਉਂ ਸੰਤਾਂ ਕੋਲ ਉਹ ਕਿਵੇਂ ਪਹੁੰਚ ਗਿਆ, ਆਪਣੇ ਪਿੰਡ ਵਾਲੇ ਕੀਪੇ 'ਤੇ ਮੋਹਣਾ ਛੱਡ ਕੇ ਆਏ ਆ। ਪਰ ਜਦੋਂ ਜੂਨ 84 'ਚ ਸ਼੍ਰੀ ਹਰਿਮੰਦਰ ਸਾਹਿਬ 'ਤੇ ਫੌਜ ਦਾ ਹਮਲਾ ਹੋਇਆ ਤਾਂ ਉਦੋਂ ਸ਼ਮਿੰਦਰ ਸਿੰਘ ਪਿੰਡ ਆਇਆ ਹੋਇਆ ਸੀ। ਇਸ ਹਮਲੇ ਤੋਂ ਬਾਅਦ ਇਹਨਾਂ ਤਿੰਨਾਂ ਦੋਸਤਾਂ ਨੇ ਸਿੱਖ ਪੰਥ ਦੇ ਦੋਖੀ ਚੁਣ ਚੁਣ ਕੇ ਬੰਨੇ ਲਾਉਣੇ ਸ਼ੁਰੂ ਕਰਤੇ। ਪੁਲਿਸ ਵਾਲਿਆਂ ਤੱਕ ਵੀ ਸੂਹ ਪਹੁੰਚ ਗਈ। ਪੁਲਿਸ ਨੇ ਘਰ ਛਾਪਾ ਮਾਰਿਆ ਅਤੇ ਮੋਹਨ ਸਿੰਘ ਨੂੰ ਚੁੱਕ ਕੇ ਲੈ ਗਈ। ਪਰਿਵਾਰ ਨੂੰ ਪਤਾ ਲੱਗਾ, ਲੁਧਿਆਣੇ ਦੇ CI ਸਟਾਫ ਦੀ ਪੁਲਿਸ ਸੀ ਤਾਂ ਪਰਿਵਾਰ ਨੇ ਪੈਰਵਾਈ ਕੀਤੀ ਅਤੇ 2 ਦਿਨਾਂ ਬਾਅਦ ਛੁਡਾ ਕੇ ਲਿਆਂਦਾ। ਪਰ ਇਹਨਾਂ 2 ਦਿਨਾਂ 'ਚ ਭਾਈ ਮੋਹਨ ਸਿੰਘ ਨੂੰ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ। ਪਰ ਪੁਲਿਸ ਦਾ ਤਸ਼ੱਦਦ ਨਾ ਤਾਂ ਭਾਈ ਮੋਹਨ ਸਿੰਘ ਦੇ ਸਿਦਕ ਨੂੰ ਹੀ ਤੋੜ ਸਕਿਆ ਅਤੇ ਨਾ ਹੀ ਉਹਨੂੰ ਸੰਘਰਸ਼ ਦੇ ਰਾਹੋਂ ਮੋੜ ਸਕਿਆ। ਉਹਦੀ ਕੌਮੀ ਸੇਵਾ ਜਾਰੀ ਰਹੀ ਅਤੇ ਹੁਣ ਉਹ ਪੁਲਿਸ ਵੱਲੋਂ ਵਧੇਰੇ ਸੁਚੇਤ ਰਹਿਣ ਲੱਗ ਪਿਆ। ਜਗਰਾਓਂ CIS ਸਟਾਫ ਦੀ ਪੁਲਿਸ ਨੇ ਘਰ ਛਾਪਾ ਮਾਰਿਆ ਤਾਂ ਮੋਹਨ ਸਿੰਘ ਉਹਦੇ ਹੱਥ ਨਾ ਆਇਆ। ਛਿੱਥੇ ਪਏ ਪੁਲਿਸੀਆਂ ਨੇ ਭਾਈ ਮੋਹਨ ਸਿੰਘ ਦੇ ਪਿਤਾ ਸਰਦਾਰ ਸਿਕੰਦਰ ਸਿੰਘ ਨੂੰ ਚੁੱਕ ਲਿਆ ਅਤੇ ਮੋਹਨ ਸਿੰਘ ਨੂੰ ਪੇਸ਼ ਨਾ ਕਰਵਾਏ ਜਾਣ 'ਤੇ ਘਰ ਦੀਆਂ ਬੀਬੀਆਂ ਨੂੰ ਚੁੱਕ ਕੇ ਲਿਜਾਣ ਦੀ ਧਮਕੀ ਦਿੱਤੀ। ਇਹ ਤੋਂ ਬਾਅਦ ਮੋਹਨ ਸਿੰਘ CIS ਸਟਾਫ ਜਗਰਾਓਂ 'ਚ ਪੇਸ਼ ਹੋ ਗਿਆ। ਅਸਲ ਦੇ ਵਿੱਚ ਰਾਓਵਾਲ ਪਿੰਡ ਤੋਂ 2 ਨੌਜਵਾਨ ਚੁੱਕੇ ਗਏ ਸੀ ਜਿਨ੍ਹਾਂ ਨੇ ਮੋਹਨ ਸਿੰਘ ਦਾ ਨਾਂ ਲੈ ਦਿੱਤਾ ਸੀ। ਭਾਈ ਮੋਹਨ ਸਿੰਘ ਉੱਪਰ 4 ਕੇਸ ਦਰਜ ਕਰਕੇ ਲੁਧਿਆਣਾ ਜੇਲ੍ਹ 'ਚ ਭੇਜ ਦਿੱਤਾ ਗਿਆ। ਤਕਰੀਬਨ 5 ਕੁ ਮਹੀਨੇ ਉਹ ਜੇਲ੍ਹ ਦੇ ਵਿੱਚ ਰਿਹਾ ਅਤੇ ਫਿਰ ਜ਼ਮਾਨਤ ਹੋ ਜਾਣ ਪਿੱਛੋਂ ਬਾਹਰ ਆਇਆ। ਬਾਹਰ ਆ ਕੇ ਤਰੀਕਾਂ ਭੁਗਤਣ ਦੀ ਥਾਂ ਮੋਹਨ ਸਿੰਘ ਨੇ ਰੂਹ ਪੋਸ਼ ਹੋ ਜਾਣਾ ਬਿਹਤਰ ਸਮਝਿਆ, ਕਿਉਂਕਿ ਉਹ ਸਮਝ ਗਿਆ ਸੀ ਕਿ ਪੁਲਿਸ ਹੁਣ ਹੱਥ ਧੋ ਕੇ ਉਹਦੇ ਪਿੱਛੇ ਪਈਓ ਰਹਿਣਾ ਨੇ ਪੁਲਿਸ ਨੇ। ਉੱਧਰੋਂ ਭਾਈ ਕੁਲਦੀਪ ਸਿੰਘ ਸ਼ੇਖੂਪੁਰਾ ਅਤੇ ਭਾਈ ਸ਼ਮਿੰਦਰ ਸਿੰਘ ਸ਼ੇਖੂਪੁਰਾ
एक टौट की सुधाई तो बाद पुलिस दे काबू आ गए। तो भाई जग्गा सिंह खानपुर ते ए दोवें सिंह पिंड सरी दे विच सन। जदों एक मुखबरी ते डेलों थाने दे इंचार्ज बलबीर चंद तिवाड़ी ने घेरा पा लिया। इत्थे मुकाबला होया जिदे विच भाई जग्गा सिंह खानपुर शहीद हो गया ते भाई कुलदीप सिंह ते शमिंदर सिंह गिरफ्तार कर ले गए। इन्हां ते बहुत तशद्दुद होया, अखीर कई केस पा के इन्हां नूं पहला लुधियाणे जेल अते फिर नाभा सिक्योरिटी जेल दे विच भेज दिता गया। तो भाई मोहन सिंह होरां ने इन्हां दोहां सिंघां दीआं जमानतां भरवाउण लई खास तौर ते यतन कीते ते कुछ क महीनियां बाद ही उन्हां नूं बाहर कढ़वा लिया। ग्रुप वजों सरगर्मियां फिर शुरू हो गईआं। एक बार जथेबंदी खालिस्तान लिबरेशन फोर्स दे अहम जझारू सिंह लखविंदर सिंह लखा उर्फ पंजाब सिंह खालसा ते भाई पिप्पल सिंह ढोलेवाल भाई कुलदीप सिंह कीपा नूं मिलण लई आए। ये सारे पिंड दी ही एक मोटर ते सुते। उधरों पुलिस नूं सूह मिल गई ते घेरा पै गया। पता लगण ते तिन्ने ही सिंह घेरा तोड़ के भज्जे, पर घेरा दूर दूर तक पै चुका सी। भाई पिप्पल सिंह ढोलेवाल ने साइनाइड खा ली ते शहीदी पा ली। भाई कुलदीप सिंह शेखूपुरा चौंकीमान पिंड दे लाग्यों फड़िया गया। SSP मौके ते मौजूद सी जिन्हें गाल कढ़ी। तां भाई कुलदीप सिंह शेखूपुरा नूं भावें दोहां पासियां तों पुलिसियां ने फड़िया होया सी, पर इस हालत विच भी उन्हां ने किक मार के SSP नूं मूधे मूँह सुट्टा। फिर मौके ते भाई कुलदीप सिंह उपर इन्ना ज़्यादा तशद्दुद कीता गया कि एक बार खबर फैल गई कि कुलदीप सिंह शेखूपुरा नूं भी शहीद कर दिता गया। पर भाई कुलदीप सिंह ने अजे होर सेवा करनी सी। भाई मोहन सिंह शेखूपुरा का कई अहम कारनामिया च ना आउण लगा। एक कथा अनुसार मोहन सिंह शेखूपुरा अते झांडे थरीके पिंड दे भाई परमजीत सिंह काला ने लुधियाणे शेरपुर चौंक च स्कूटर ते जांदियां ही कई CRP वाले मारते ते फिर होलिया बदल के उसी थां ते उन्हां दीआं लाशां वेखण लई भी आ गए। तां ढोलन पिंड दे कोल उस दी गड्डी उडाए जाण च भी भाई मोहन सिंह दा नाम सी। फिरोजपुर लुधियाणे ट्रेन रोके जाण विच भी भाई मोहन सिंह दा नाम सी। सूत्रां अनुसार भाई मोहन सिंह ते एक होर जझारू वीर सुलक्खण सिंह पुलिस नूं उड़ीकदे रहे। जदों पुलिस पहुंची तां उन्हां ने गोलियां चला के कई पुलिस वाले मारते ते फिर वह निकल गए। दोहां पासियों गोली चलन समय भाई मोहन सिंह दे हाथ नाल खह के गोली एक निकल गई। हाथ ते थोड़ी जिही झरीट जिही आई। इस समय भाई मोहन सिंह अपने पिंड भी आया। भाई ताई नछत्र कौर जिन्हां नूं भाई मोहन सिंह बेबे कह के बुलाउंदा हुंदा सी, ओह कहण लगी ओह कहिंदी, मोहणिया कलकत्ते वल निकल जा, छड़ दे हा कुछ, आ गोली हुण हाथ नाल खह के लंघ गई, कितें बज भी सकदी सी। तां भाई मोहन सिंह दा जवाब सी, ओह कहिंदा, बेबे छड इन्हां गल्लां नूं, इस गोली नाल मेरा इन्ना कु संबंध सी ते ओह खह के लंघ गई। बाकी जिहड़ी गोली मेरे बजनी है ओह मेरे ही बजनी आ, ओह होर किसे नूं नहीं बज सकदी, इस लई इस बारे एवें बहुती चिंता ना कर। तां भाई मोहन सिंह होरी एक बार रात दे समय किसी पुलिस की गड्डी की उड़ीक च घात लागे बैठे हुए सन कि एक ट्रक आया। ट्रक नूं दूरों ही ध्यान नाल वेख के भाई मोहन सिंह ने कहा कि गोली ना चलायो, ये तां कोई लोड ट्रक है। सिंघां ने ट्रक रोकिया तां ओह सरकारी अनाज एजेंसी FCI दा ट्रक सी जिहदे विच कणक भरी हुई सी। तां सिंघां ने ट्रक खोलिया और उन्होंने वो ट्रक लिया के शेखूपुरे खड़ा करता और अनाउंसमेंट कर दी कि जिन्हों भी कणक चाहीदी है आके ले जाओ। लोग घरां चों आके कणक ले जाण लगे। खबर पुलिस तक भी पहुँच गई, पर पुलिस ने शेखूपुरे वल मूँह करन दा हौसला ना किया। मौजूद अफसरां दी दलील सी कि उन्होंने जरूर बरूद लाया होगा, वो इदां कहिंदे सन। इस तरह सरकारी कब्जे चो कढ के सिंघां ने कणक लोकां च वंडी। तां भाई मोहन सिंह पिंड चूड़ चक दे उस एक्शन विच भी शामिल सी जदों पिंड दे विच्चों 20 हिंदुआं नूं अगवा करके अपनी गल मनवा के फिर रिहा कर दिता गया सी।
कुछ सूत्रां अनुसार सिंघां ने भाई कोमलजीत सिंह चूड़चक नूं छुड़ाया। इसे ही समय लुधियाने शेरपुर पुल ते पुलिस के DGP DS मांगड़ की जीप उड़ा दिती गई। शराब के ठेके बंद कराने की मुहिम के दौरान सिंघां ने पिंड चौंकी मान विखे शराब के ठेके ते गोलियां चलाईया। तो इस ठेके के नेड़े ही पुलिस की चौंकी सी, मुकाबला हो गया। पुलिस के दो सिपाही मारे गए, भाई कुलदीप सिंह शेखूपुरा जख्मी हो गए। इन्हां दिनां च ग्रुप के मुख सिंघां नूं जथेबंदी च रले एक सरकारी बंदे बारे सूह मिली। सारे सिंघां ने पिंड हांस कलां च इकट्ठे होण दा फैसला कीता तां कि उत्थे उक्त बंदे तों पुछगिछ कीती जा सके। निर्धारित समय ते सिंघ मिति 17 मई 1991 नूं पिंड हांस कलां च इकट्ठे हो गए। पर गलबात करन तों पहलां शमिंदर सिंह, भाई कुलदीप सिंह शेखूपुरा डॉक्टर कोल पट्टी करवाउण चले गए। तां भाई कुलदीप सिंह जख्मी सी, इधरों भाई मोहन सिंह शेखूपुरा, भाई परमजीत सिंह काला पिंड झांडे अते भाई दर्शप्रीत सिंह रूमी एक ठार ते इकट्ठे होए। तां उत्थे पहलां पहुंच चुके ग्रुप दे कुछ सिंह कहण लगे, उह कहिंदे कि असीं उस सरकारी कैट नूं रोक लिया सी, पुछिया पर कुछ मन्निया नहीं, असीं कहा कि चलो जथेदार भाई कुलदीप सिंह नूं आ लैण दो, फिर गल करदे आं। ਇਹ ਸੁਣ ਕੇ ਭਾਈ ਮੋਹਨ ਸਿੰਘ ਨੇ ਮੱਥੇ 'ਤੇ ਹੱਥ ਮਾਰਿਆ ਅਤੇ ਕਿਹਾ, ਉਹ ਇਹ ਜਾਂ ਤਾਂ ਛੇੜਨਾ ਹੀ ਨਹੀਂ ਸੀ, ਜੇ ਛੇੜ ਹੀ ਲਿਆ ਸੀ ਫਿਰ ਜਾਨ ਨਹੀਂ ਸੀ ਦੇਣਾ ਉਹਨੂੰ, ਪਰ ਭਾਣਾ ਵਰਤ ਚੁੱਕਾ ਸੀ। ਪੁਲਿਸ ਦੀਆਂ ਜਿਪਸੀਆਂ ਦੀ ਵੱਡੀ ਕਤਾਰ ਘੂਕ ਪਾਉਂਦੀ ਪਿੰਡ ਹਾਂਸ ਕਲਾਂ 'ਚ ਦਾਖਲ ਹੋ ਗਈ। ਜਿਪਸੀ ਦੇ ਅੱਗੇ ਉਹੀ ਟੌਟ ਸੀ ਜੋ ਪਹਿਲਾਂ ਸਿੰਘਾਂ 'ਚ ਰਲਿਆ ਹੋਇਆ ਸੀ ਅਤੇ ਜਿਹਨੂੰ ਜਥੇ ਦੇ ਅਨਾੜੀ ਵਰਕਰਾਂ ਨੇ ਕਾਹਲੀ 'ਚ ਖੁਦ ਹੀ ਪੁੱਛ ਗਿੱਛ ਕਰਕੇ ਚੁਕੰਨੇ ਕਰਦਾ ਸੀ। ਪਰ ਇੱਧਰੋਂ ਸਿੰਘਾਂ ਨੇ ਵੀ ਪਹਿਲਾਂ ਬ੍ਰੈਸ਼ਟ ਦੇ ਨਾਲ ਉਸ ਟੌਟ ਨੂੰ ਹੀ ਗੱਡੀ ਚਾੜਿਆ ਅਤੇ ਫਿਰ ਦੋ ਪੁਲਿਸ ਵਾਲਿਆਂ ਨੂੰ ਬਾਅਦ 'ਚ ਮਾਰਿਆ। ਮੁਕਾਬਲਾ ਸ਼ੁਰੂ ਹੋ ਗਿਆ। ਭਾਈ ਮੋਹਨ ਸਿੰਘ ਨੇ ਕਿਹਾ ਕਿ ਮੈਂ ਪੁਜੀਸ਼ਨ ਲੈ ਕੇ ਮੁਕਾਬਲਾ ਕਰਦਾ, ਬਾਕੀ ਸਾਰੇ ਨਿਕਲ ਜਾਓ। ਪਰ ਘੇਰਾ ਦੂਰ ਦੂਰ ਤੱਕ ਪੈ ਚੁੱਕਾ ਸੀ ਅਤੇ ਹੁਣ ਕਿਸੇ ਦਾ ਨਿਕਲਣਾ ਸੰਭਵ ਨਹੀਂ ਸੀ। ਤਾਂ ਭਾਈ ਫਿਰ ਵੀ ਭਾਈ ਮੋਹਨ ਸਿੰਘ ਨੇ ਦਰਸ਼ਪ੍ਰੀਤ ਸਿੰਘ ਰੂਮੀ ਨੂੰ ਘੇਰੇ 'ਚੋਂ ਕੱਢਣ ਦੇ ਬਹੁਤ ਯਤਨ ਕੀਤੇ। ਇਸ ਮੁਕਾਬਲੇ ਵਿੱਚ ਪਹਿਲਾਂ ਝਾਂਡੇ ਕਲਾਂ ਦਾ ਪਰਮਜੀਤ ਸਿੰਘ ਕਾਲਾ ਸ਼ਹੀਦ ਹੋਇਆ। ਸਿੰਘਾਂ ਨੇ ਅਖੀਰ ਪੈਰ ਗੱਡ ਕੇ ਮੁਕਾਬਲਾ ਸ਼ੁਰੂ ਕੀਤਾ ਤਾਂ ਪੁਲਿਸ ਵਾਲੇ ਬੁਲਟ ਪਰੂਫ ਟਰੈਕਟਰ ਲੈ ਆਏ। ਇੱਕ ਬੁਲਟ ਪਰੂਫ ਟਰੈਕਟਰ 'ਚੋਂ ਪੁਲਿਸੀਆਂ ਨੂੰ ਅੱਗੇ ਵੱਧ ਕੇ ਗ੍ਰਨੇਡ ਸੁੱਟਣ ਦਾ ਹੁਕਮ ਹੋਇਆ। ਟਰੈਕਟਰ ਅੱਗੇ ਆਇਆ, ਜਿਉਂ ਹੀ ਪੁਲਿਸੀਆਂ ਟਾਕੀ ਖੁੱਲ੍ਹ ਕੇ ਗ੍ਰਨੇਡ ਸੁੱਟਣ ਲੱਗੇ, ਸਿੰਘਾਂ ਨੇ ਫੁਰਤੀ ਨਾਲ ਬ੍ਰੈਸ਼ਟ ਮਾਰ ਕੇ ਉਹਨੂੰ ਗ੍ਰਨੇਡ ਸੁੱਟਣ ਤੋਂ ਪਹਿਲਾਂ ਹੀ ਠੰਡਾ ਕਰਤਾ ਅਤੇ ਗ੍ਰਨੇਡ ਟਰੈਕਟਰ ਦੇ ਅੰਦਰ ਹੀ ਫੜ ਕੇ ਟਰੈਕਟਰ ਨੂੰ ਜਾਮ ਕਰਤਾ ਉਹਨੇ। ਫਿਰ ਦੂਜਾ ਬੁਲਟ ਪਰੂਫ ਟਰੈਕਟਰ ਅੱਗੇ ਵਧਿਆ ਤਾਂ ਸਿੰਘਾਂ ਨੇ ਰੋਕਟ ਛੱਡਿਆ ਅਤੇ ਉਹਨੂੰ ਵੀ ਉੱਥੇ ਹੀ ਰੋਕਤਾ। ਇਸ ਤਰ੍ਹਾਂ ਆਖਰੀ ਗੋਲੀ ਤੱਕ ਸਿੰਘਾਂ ਨੇ ਪੁਲਿਸ ਵਾਲਿਆਂ ਨੂੰ ਆਪਣੇ ਨੇੜੇ ਨਾ ਆਉਣ ਦਿੱਤਾ। ਅਖੀਰ ਜਦੋਂ ਗੋਲੀ ਸਿੱਕਾ ਖਤਮ ਹੋ ਗਿਆ ਤਾਂ ਸਿੰਘਾਂ ਨੇ ਆਪਣੀ ਅਸਾਲਟਾਂ ਤੋੜ ਦਿੱਤੀਆਂ ਤਾਂ ਕਿ ਇਹ ਬਾਅਦ ਵਿੱਚ ਪੁਲਿਸ ਵਾਲਿਆਂ ਦੇ ਕੰਮ ਨਾ ਆਉਣ। ਇੱਥੋਂ ਤੱਕ ਕਿ ਜੇਬਾਂ 'ਚ ਪਏ ਪੈਸੇ ਵੀ ਪਾੜਤੇ। ਇਸ ਪਿੱਛੋਂ ਮੁਕਾਬਲੇ 'ਚ ਜੂਝ ਦੇ ਸਾਰੇ ਹੀ ਸਿੰਘ ਸ਼ਹੀਦ ਹੋ ਗਏ। ਇਸ ਮੁਕਾਬਲੇ ਸ਼ਹੀਦ ਹੋਏ ਸਿੰਘਾਂ 'ਚ ਭਾਈ ਮੋਹਨ ਸਿੰਘ ਸ਼ੇਖੂਪੁਰਾ ਤੋਂ ਇਲਾਵਾ ਭਾਈ ਦਰਸ਼ਪ੍ਰੀਤ ਸਿੰਘ ਰੂਮੀ, ਭਾਈ ਪਰਮਜੀਤ ਸਿੰਘ ਕਾਲਾ ਪਿੰਡ ਝਾਂਡੇ, ਭਾਈ ਹਰਦੀਪ ਸਿੰਘ ਰਿੰਪੀ ਕੋਠੇ ਪੂਨਾ ਜਗਰਾਓਂ, ਭਾਈ ਕਰਨਵੀਰ ਸਿੰਘ ਹਨੀ ਜਗਰਾਓਂ, ਭਾਈ ਰੁਪਿੰਦਰ ਸਿੰਘ ਦਿਓਲ ਹਰੀਪੁਰ ਜਲੰਧਰ, ਇਹ ਸਿੰਘ ਸਨ। ਗੋਲੀ ਸਿੱਕਾ ਖਤਮ ਹੋ ਜਾਣ ਤੋਂ ਬਾਅਦ ਕਹਿ ਲਈਏ ਵੀ ਭਾਈ ਮੋਹਨ ਸਿੰਘ ਸ਼ੇਖੂਪੁਰਾ ਨੇ ਆਪਣੀ ਪਿਸਟਲ ਦੀ ਨਾਲੀ ਆਪਣੀ ਧੌਣ 'ਤੇ ਰੱਖ ਕੇ ਖੁਦ ਨੂੰ ਗੋਲੀ ਮਾਰ ਲਈ ਅਤੇ ਜਿਉਂਦੇ ਜੀ ਪੁਲਿਸ ਦੇ ਹੱਥ ਨਾ ਆਉਣ ਦਾ ਪ੍ਰਣ ਨਿਭਾ ਦਿੱਤਾ। ਭਾਈ ਮੋਹਨ ਸਿੰਘ ਸ਼ੇਖੂਪੁਰਾ ਦੇ ਤਾਏ ਦਾ ਲੜਕਾ ਗੁਰਨਾਮ ਸਿੰਘ ਚੇਤੇ ਕਰਿਆਂ ਦੱਸਦਾ ਹੁੰਦਾ, ਉਹ ਕਹਿੰਦਾ ਕਿ ਇੱਕ ਵਾਰੀ ਮੋਹਨ ਸਿੰਘ ਪਿੰਡ ਆਇਆ ਤਾਂ ਮੈਂ ਉਹਦੇ ਕੋਲ ਨਿੱਕਾ ਜਿਹਾ ਪਿਸਟਲ ਵੇਖ ਕੇ ਪੁੱਛ ਲਿਆ ਕਿ ਇਹਦੀ ਰੇਂਜ ਕਿੰਨੀ ਕੁ ਹੁੰਦੀ ਹੈ। ਅੱਗੋਂ ਮੋਹਨ ਸਿੰਘ ਕਹਿੰਦਾ ਕਿ ਰੇਂਜ ਕਾਹਦੀ, ਇਹ ਤਾਂ ਇਸ ਲਈ ਰੱਖਿਆ ਕਿ ਜਦੋਂ ਘੇਰੇ 'ਚੋਂ ਨਿਕਲਿਆ ਨਾ ਜਾਵੇ, ਦੂਜਾ ਅਸਲਾ ਖਤਮ ਹੋ ਜਾਵੇ ਅਤੇ ਫਿਰ ਇਹਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਸਕਦੇ ਹਾਂ। ਅਤੇ ਇਸੇ ਤਰ੍ਹਾਂ ਫਿਰ ਭਾਈ ਮੋਹਨ ਸਿੰਘ ਆਪਣੀ ਕਹੀ ਹੋਈ ਗੱਲ ਦੇ ਅੱਖਰ ਅੱਖਰ 'ਤੇ ਪਹਿਰਾ ਦਿੰਦਾ ਹੋਇਆ ਪੁਲਿਸ ਦੇ ਹੱਥ ਆਉਣ ਦੀ ਬਜਾਏ ਸ਼ਹਾਦਤ ਦਾ ਪਿਰਮ ਪਿਆਲਾ ਪੀ ਗਿਆ। ਸੋ ਦੋਸਤੋ, ਇਹ ਸੀ ਭਾਈ ਮੋਹਨ ਸਿੰਘ ਸ਼ੇਖੂਪੁਰਾ। ਦੇਖ ਲਓ ਕਿੱਦਾਂ ਦੇ ਹੈ ਨਾ ਯੋਧੇ ਹੋਏ ਆ ਆਪਣੇ, ਉਹ ਦੌਰ ਹੀ ਇੱਦਾਂ ਦਾ ਸੀ। ਸੋ ਜਿਨ੍ਹਾਂ ਨੇ ਕਹਿ ਲਈਏ ਵੀ
ਲੂੰ ਕੰਡੇ ਖੜ੍ਹੇ ਰਾਤੇ ਸੀ ਨੌਜਵਾਨਾਂ ਦੇ। ਸੋ ਖੈਰ ਇਹ ਸੀ ਅੱਜ ਦੀ ਵੀਡੀਓ, ਸੋ ਮਿਲਦੇ ਹਾਂ ਹੁਣ ਅਗਲੀ ਵੀਡੀਓ 'ਚ। ਉਦੋਂ ਤੱਕ ਦਿਓ ਆਗਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।